ਦੋ ਦਿਨ ਪਹਿਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਫੇਰੀ ਅਮਨਸਰਦੀ ਸੀਗੀ ਜਿੱਥੇ ਉਹਨਾਂ ਨੇ ਸਚਕਣ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਉਸ ਤੋਂ ਬਾਅਦ ਵਾਪਸ ਜਾਂਦੇ ਹੋਏ ਉਹਨਾਂ ਨੇ ਬਿਆਸ ਵਿੱਚ ਚੱਲ ਰਹੀ ਇਲੀਗਲ ਮਾਈਨਿੰਗ ਦੇ ਰੇਡ ਵੀ ਕੀਤੀ ਉਸ ਦੌਰਾਨ ਉਹਨਾਂ ਦੇ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਉੱਤੇ ਹੀ ਪਰਚਾ ਦਰਜ ਕੀਤਾ ਗਿਆ ਔਰ ਪਰਚੇ ਦੇ ਵਿੱਚ ਜਿਹੜਾ ਦਰਜ ਕੀਤਾ ਗਿਆ ਸੀਗਾ ਉਹਦੇ ਜਿਹੜੇ ਫੈਂਸ ਲਗਾਏ ਗਏ ਸਨ ਉਹ ਵੀ ਅਵੇਲੇਬਲ ਸਨ ਜਿਸ ਦੇ ਉੱਤੇ ਅੱਜ ਲੋਕ ਸਭਾ ਪਾਰਟੀ ਦੇ ਕਨਵੀਨਰ ਗੱਲ ਕਰ ਰਹੇ ਨੇ ਮੇਰੇ ਨਾਲ ਨੇ ਸਰ ਕੀ ਸੀਗਾ ਮਾਮਲਾ ਜਦੋਂ 2015 ਦੇ ਵਿੱਚ ਪਾਰਟੀ ਪ੍ਰਧਾਨ ਸ਼ਿਵਰਜੀ ਸਿੰਘ ਬੈਂਸ ਦੇ ਉੱਤੇ ਪਰਚਾ ਹੋ ਗਿਆ ਸੀਗਾ ਜੀ ਇਲੀਗਲ ਮਾਈਨਿੰਗ ਦੇ ਉੱਤੇ ਬੈਸਾ ਸਵਾਗਤ ਕਰਦੇ ਹਾਂ ਤੁਹਾਡਾ ਕਿ ਤੁਸੀਂ ਲੋਕ ਸੰਸਾਦ ਪਾਰਟੀ ਦੇ ਸਤਿਆਗ੍ਰਹਿ ਅੰਦੋਲਨ ਰੇਤ ਸੰਬੰਧੀ ਮਾਫੀਆ ਸੰਬੰਧੀ ਜੋ 2015 ਦੇ ਵਿੱਚ ਲੜਿਆ ਸੀਗਾ ਇੱਕ ਸਤਲੁਜ ਦਰਿਆ ਦੇ ਉੱਪਰ ਇੱਕ ਰੋਪੜ ਮਹਿਰਾ ਦੇ ਉੱਪਰ ਜਾ ਕੇ ਜੋ ਇਸ ਮੁਹਿੰਮ ਜਿਹੜੀ ਆ ਜਿਹੜੀ ਆ ਰੇਤ ਮਾਫੀਆ ਦੇ ਖਿਲਾਫ ਵਿੱਢੀ ਸੀ ਅੱਜ ਤੁਸੀਂ ਉਸ ਨੂੰ ਚੇਤੇ ਕਰਾਇਆ ਕੀਤਾ ਤੇ ਦਸ਼ਕਾਂ ਦੀ ਕਚਹਿਰੀ ਤੱਕ ਉਹ ਸੰਘਰਸ਼ ਨੂੰ ਪਚਾਰ ਹੈ ਜੀ ਉਸ ਵੇਲੇ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਸੀ ਸੁਖਬੀਰ ਸਿੰਘ ਬਾਦਲ ਡਿਪਟੀ ਸੀਐਮ ਦੇ ਨਾਲ-ਨਾਲ ਹੋਮ ਮਿਨਿਸਟਰ ਗ੍ਰਹਿ ਮੰਤਰੀ ਪੰਜਾਬ ਵੀ ਸਨ ਜਦ ਰੇਤਾ ਦੀ ਸਪਲਾਈ ਇਹਨਾਂ ਨੇ 2007 ਤੋਂ ਤੋੜੀ ਸੀ 2007 ਤੋਂ ਪਹਿਲਾਂ ਤੁਹਾਨੂੰ ਯਾਦ ਹੋਏਗਾ ਕਿ ਕੋਈ ਵੀ ਵਿਅਕਤੀ ਘਰ ਬਣਾਉਣ ਵਾਲਾ ਕੋਠਾ ਪਾਉਣ ਵਾਲਾ ਪਲਸਤਰ ਕਰਨ ਵਾਲਾ ਆਪਣੇ ਰੇੜੇ ਤੇ ਗੱਡੇ ਤੇ ਟਰਾਲੀ ਤੇ ਇੱਕ ਮੰਗ ਪਾ ਕੇ ਤੇ 2-400 ਦੇ ਵਿੱਚ ਹੀ ਰੇਤਾ ਰੇਤਾ ਦਰਿਆ ਤੋਂ ਜਾਂ ਨਹਿਰਾਂ ਤੋਂ ਭਰ ਲਿਆਉਂਦਾ ਹੁੰਦਾ ਸੀ ਪਰ 2007 ਤੋਂ ਬਾਅਦ ਜਦੋਂ ਖਾਸ ਕਰਕੇ ਅਕਾਲੀ ਦਲ ਪ੍ਰਾਣਾ ਅਕਾਲੀ ਦਲ ਨਹੀਂ ਰਿਹਾ ਇੱਕ ਕਾਰਪੋਰੇਟ ਅਕਾਲੀ ਦਲ ਬਣ ਗਿਆ ਜੀ ਜਦੋਂ ਸੁਖਬੀਰ ਬਾਦਲ MBA ਕਰਕੇ ਖਾਸ ਕਰਕੇ ਡਿਪਟੀ ਸੀਐਮ ਦੇ ਅਹੁਦੇ ਤੇ ਬੈਠੇ ਨੇ ਇਹਨਾਂ ਨੇ ਸੋਚਿਆ ਕਿ ਪੰਜਾਬ ਨੂੰ ਲੁੱਟਣਾ ਕਿਵੇਂ ਆ ਇਹ ਜਿਹੜੇ ਕੁਦਰਤੀ ਸਰੋਤ ਪੰਜਾਬ ਨੂੰ ਕੁਦਰਤ ਨੇ ਬਖਸ਼ੇ ਹੋਏ ਨੇ ਇਹਨਾਂ ਦਾ ਮੁੱਲ ਕਿਵੇਂ ਵਟਣਾ ਤੇ ਉਸ ਵੇਲੇ ਜੋ ਕਿ ਰੇਤ ਆ 2007 ਦੀ ਸਰਕਾਰ ਬਣ ਤੋਂ ਬਾਅਦਾਂ ਮੈਂ ਇਸ ਨੂੰ ਪੈਟਰੋਲ ਨਾਲ ਜਾਂ ਤਿੱਲੀ ਨਾਲ ਅੱਗ ਨਹੀਂ ਲਾਈ ਜਾ ਸਕਦੀ ਪਰ ਕੀਮਤੀ ਰੂਪੀ ਅੱਗ ਉਸ ਵੇਲੇ ਲੱਗੀ ਕੀਮਤ ਹਜ਼ਾਰਾਂ ਲੱਖਾਂ ਦੀ ਲੋਕਾਂ ਨੂੰ ਕੀਮਤ ਉਧਾ ਕਰਕੇ ਤੇ ਆਪਣੇ ਘਰ ਬਾਹਰ ਬਰਾਂਡੇ ਜੋ ਵੀ ਬਣਾਉਣਾ ਪਿਆ ਉਹ ਰੇਤ mafia ਦਾ ਕਿੰਗ ਪਿੰਨ ਸੁਖਬੀਰ ਸਿੰਘ ਬਾਦਲ ਤੇ ਪੂਰੇ ਪੰਜਾਬ ਦੀ ਰੇਤਾ ਰੋਜੀ ਬਰਕੰਦੀ ਨੂੰ ਸੌਂਪੀ ਗਈ ਕਿ ਸਪਲਾਈ ਰੋਕੇ ਆਪਣੇ ਮਨਮਰਜ਼ੀ ਦੀਆਂ ਕੀਮਤਾਂ ਤੇ ਰੇਤਾ ਵੇਚੋ ਪਹਿਲੀ ਵਾਰ 2015 ਦੇ ਵਿੱਚ ਇੱਕ ਲੋਕ ਅਨਸਾਹ ਪਾਰਟੀ ਉਸ ਵੇਲੇ ਪੋਲੀਟিক্যাল ਪਾਰਟੀ ਨਹੀਂ ਸੀ ਇੱਕ ਸਵੈ ਸੇਵੀ ਜਥੇਬੰਦੀ ਸੀ ਇੱਕ ਐਨਜੀਓ ਸੀ ਜਿਸ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਐਮਐਲਏ ਲੁਧਿਆਣਾ ਸਨ ਲੋਕ ਇਨਸਾਫ ਪਾਰਟੀ ਨੇ ਆਪਣੇ ਸਾਥੀਆਂ ਸਮੇਤ ਸਤਲੁਜ ਦਰਿਆ ਦੇ ਉੱਪਰ ਸਤਲੁਜ ਦਰਿਆ ਦੇ ਉੱਪਰ ਜਿਹੜੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਲੋਕਾਂ ਦੀਆਂ ਕੰਸਟ੍ਰਕਸ਼ਨ ਚੱਲ ਰਹੀਆਂ ਸੀ ਲੋਕਾਂ ਦੇ ਮਕਾਨ ਬਣ ਰਹੇ ਸੀ ਉਹਨਾਂ ਦੀਆਂ ਟਰਾਲੀਆਂ ਟਰੈਕਟਰ ਮਗਾ ਕੇ ਬਾਲਟੇ ਕਈਆਂ ਦੇ ਨਾਲ ਆਪ ਹੱਥੀਂ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਵਰਕਰਾਂ ਅਹੁਦੇਦਾਰਾਂ ਨੂੰ ਨਾਲ ਲੈ ਕੇ ਰੇਤਾ ਭਰਨੀ ਸ਼ੁਰੂ ਕਰ ਦਿੱਤੀ ਉਹ ਕੋਈ ਰੇਤਾ ਦੀ ਚੋਰੀ ਨਹੀਂ ਸੀ ਨਾ ਕੋਈ ਰੇਤਾ ਕੋਈ ਮਨੁੱਖਿਆ ਕਿ ਜੋ ਅਟੈਂਪਟ ਟੂ ਮਰਡਰ ਸੀ ਪਰ ਸੁਖਬੀਰ ਬਾਦਲ ਨੇ ਗ੍ਰਹਿ ਮੰਤਰੀ ਦੇ ਅਹੁਦੇ ਦੀ ਦੁਰਵਰਤੋਂ ਕਰਦੇ ਹ ਉਸ ਵੇਲੇ ਸਿਮਰਜੀਤ ਸਿੰਘ ਬੈਂਸ ਉਹਨਾਂ ਦੇ ਨਾਲ 20 ਬੰਦੇ ਬਾਈ ਨੇਮ ਤੇ 30 ਬੰਦੇ ਅਣਪਛਾਤੇ ਲਿਖ ਕੇ ਇੱਕ ਧਾਰਾ ਦੀ ਇੱਕ ਧਾਰਾ ਚ ਪਰਚਾ ਦਰਜ ਕੀਤਾ 307 ਦੂਜਾ ਪਰਚਾ ਕੀਤਾ 379 ਚੋਰੀ ਦਾ ਤਿੱਜਾ ਕੀਤਾ 353 ਦਾ ਜੋ ਕਿ ਤਿੰਨੇ ਹੀ ਧਰਾਵਾਂ ਗੈਰ ਸੰਗੀਨ 10 ਸਾਲ ਸਜ਼ਾ 5 ਸਾਲ ਸਜ਼ਾ ਤੇ 2 ਸਾਲ ਸਜ਼ਾਵਾਂ ਦੀਆਂ ਨੇ ਜਿਨ੍ਹਾਂ ਦੇ ਕੇਸ ਲੋਕ ਸਾਹ ਪਾਰਟੀ ਦੇ ਵਰਕਰ ਤੇ ਅਹੁਦੇਦਾਰ ਲੋਅਰ ਕੋਰਟ ਤੋਂ ਉੱਪਰ ਅੱਜ ਤੱਕ ਸੈਸ਼ਨ ਕੋਰਟ ਲੁਧਿਆਣਾ ਦੇ ਵਿੱਚ ਪੁਕਤ ਰਹੇ ਨੇ ਉਹ ਐਫ ਆਈ ਆਰ ਜਿਹੜੀ ਆ ਸੁਖਬੀਰ ਬਾਦਲ ਨੇ ਆਪਣੇ ਰੀਤ ਮਾਫੀਆ ਨੂੰ ਬਰਕਰਾਰ ਰੱਖਣ ਵਾਸਤੇ ਤੇ ਕਿਸੇ ਪੰਜਾਬ ਅਤਿਅਸ਼ੀ ਲੀਡਰ ਨੂੰ ਦਬਾਉਣ ਵਾਸਤੇ ਕੀਤੀ ਗਈ ਸੀ ਅੱਜ ਉਹ ਸੁਖਬੀਰ ਬਾਦਲ ਇੱਕ ਪੰਜਾਬ ਦੇ ਵਿੱਚ ਅਖਾਣ ਆ ਕਿ 904 ਖਾ ਕੇ ਬਿੱਲੀ ਹੱਜ ਨੂੰ ਚੱਲੀ ਮੈਂ ਦਿਨਿਕ ਸਵੇਰਾ ਦੇ ਮਾਧਿਅਮ ਦੇ ਰਾਹੀਂ ਪੰਜਾਬੀਆਂ ਨੂੰ ਸਮੁੱਚੇ ਸਮੁੱਚੇ ਭਾਰਤ ਸਮੁੱਚੇ ਵਰਲਡ ਦੇ ਵਿੱਚ ਜਿੱਥੇ ਵੀ ਪੰਜਾਬੀ ਵੱਸਦੇ ਨੇ ਉਹਨਾਂ ਨੂੰ ਮੈਂ ਜਾਣੂ ਕਰਾਉਣਾ ਚਾਹੁੰਦਾ ਕਿ ਸੁਖਬੀਰ ਬਾਦਲ ਨੇ ਉਹ ਖਵਾਉਤ ਉਹ ਖਾਨ ਜਿਹੜੀ ਫੇਲ ਕਰ ਦਿੱਤੀ ਆ ਅੱਜ 900 ਚੂਹਾ ਖਾਗੇ ਨਹੀਂ ਅੱਜ 90000 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਆ ਅੱਜ ਕਿਹੜੀ ਜ਼ੁਬਾਨ ਦੇ ਨਾਲੇ ਰੇਤਾ ਦੇ ਉੱਤੇ ਰੇਡ ਮਾਰਦੇ ਫਿਰਦੇ ਨੇ ਮਾਫੀਆ ਦੇ ਉੱਤੇ ਜੋ ਕਿ ਮਾਫੀਆ ਦੇ ਸਰਗਣਾ ਚਾਹੇ ਟਰਾਂਸਪੋਰਟ ਮਾਫੀਆ ਚਾਹੇ ਰੇਤ ਮਾਫੀਆ ਚਾਹੇ ਕੇਬਲ ਮਾਫੀਆ ਜਿੱਥੇ-ਜਿੱਥੇ ਵੀ ਲੋਕਾਂ ਸਾਫ ਪਾਰਟੀ ਨੇ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਉਹਨਾਂ ਸਾਰੀਆਂ mafias ਦੇ kingpin ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਬਕਾ ਡਿਪਟੀ ਸੀਐਮ ਐਸੋਲੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਉਹ ਕਿਹੜੀ ਗੱਲ ਨੂੰ ਲੈ ਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸਰਬ ਜਿਹੜਾ 2015 ਦੇ ਵਿੱਚ ਜਿਹੜੀ ਐਫਆਈਆਰ ਦਰਜ ਹੋਈ ਹੈ ਉਹ ਸਾਰੇ ਹੀ ਨਾਨ ਅਵੇਲੇਬਲ ਫੈਂਸ ਲਾਏ ਗਏ ਸੀਗੇ ਮਗਰ ਜਿਹੜੀ ਹੁਣ ਅ ਪਰਸੋਂ ਜਿਹੜੀ ਐਫਆਈਆਰ ਦਰਜ ਕੀਤੀ ਗਈ ਉਹ ਫਿਰ ਅਵੇਲੇਬਲ ਹੈ ਉਹਦੇ ਤੇ ਕੋਈ ਨਹੀਂ ਹੈ ਕਿਹੜਾ ਇਹ ਤੋਂ ਕੀ ਮਨਸ਼ਾ ਲੱਗਦੀ ਹੈ ਸਰਕਾਰ ਔਰ ਸ਼ਰੋਮੀ ਅਕਾਲੀ ਦਲ ਦੀ ਜਿਹੜੀ ਪਿਛਲੀ ਸਰਕਾਰ ਰਹੀ ਹੈ ਇਹਨਾਂ ਦਾ ਗੰਡ ਤੋਂ ਆਪਸ ਦੇ ਵਿੱਚ ਬੈਲ ਸਾਹਿਬ ਨਵਜੋਤ ਸਿੱਧੂ ਕਹਿੰਦੇ ਹੁੰਦੇ ਨੇ ਜਿੱਤੋਂ ਇਹਨਾਂ ਨੂੰ ਜਿਹੜਾ ਨਵਜੋਤ ਸਿੱਧੂ ਪਾਰਟੀ ਦੇ ਵਿੱਚ ਹਜਮ ਨਹੀਂ ਹੋਇਆ ਉਹ ਗੱਲ ਕਰਦਾ ਹੁੰਦਾ 7525 ਦੀ ਪਰ ਲੋਕ ਸਭਾ ਪਾਰਟੀ ਬੜੇ ਲੰਮੇ ਸਮੇਂ ਤੋਂ ਗੱਲ ਕਰ ਰਹੀ ਹੈ ਕਿ 75 25 ਦੀ ਨਹੀਂ ਇਹ 60 40 ਦੀ ਰੇਸ਼ੋ ਨਾਲ ਇਹਨਾਂ ਦਾ ਅਨੁਪਾਤ ਦੇ ਨਾਲ ਆਪਣਾ ਪਾਰਟਨਰਸ਼ਿਪ ਸਾਈਨ ਹੋਈ ਹੋਈ ਆ ਇਨਲੀਗਲ ਕੰਮਾਂ ਦੀ ਜਿਹੜੀ ਸੱਤਾ ਧਿਰ ਵਿੱਚ ਹੁੰਦੀ ਹੈ ਉਹ 60% ਜਿਹੜੀ ਸੱਤਾ ਤੋਂ ਲਾਭੇ ਬੈਠੀ ਹੁੰਦੀ ਹੈ ਉਹ ਘਰੇ ਬੈਠੇ 40% ਹੁਣ ਕੀ ਹੋਇਆ ਹੁਣ ਸਰਕਾਰ ਦੇ ਖਰਚੇ ਵਧ ਗਏ ਕੈਪਟਨ ਸਰਕਾਰ ਦੇ ਕੈਪਟਨ ਦੇ ਪਰਿਵਾਰ ਵਿੱਚ ਆਪਣੇ ਖਰਚਾ ਪਿਆ ਹੋਇਆ ਬਹੁਤ ਸਾਰੀਆਂ ਖਰੀਦੋ-ਫਰੋਖਤ ਹੋਣੀਆਂ ਉਸ ਤੋਂ ਬਾਅਦ ਇਲੈਕਸ਼ਨ ਦੇ ਵਿੱਚ ਰੋਕਾਂ ਦੀਆਂ ਵੋਟਾਂ ਜੋ ਇਹਨਾਂ ਨੇ ਸ਼ਰਾਬਾਂ ਰਹੀਂ ਪੈਸਿਆਂ ਰਹੀਂ ਖਰੀਦਣ ਦੀਆਂ ਕੋਸ਼ਿਸ਼ ਵੀ ਕਰਨੀਆਂ ਬਸ਼ਰਤੇ ਕਿ ਪੰਜਾਬੀ ਇਸ ਵੇਲੇ ਬਹੁਤ ਸਿਆਣੇ ਹੋ ਚੁੱਕੇ ਨੇ ਨਾ ਕਿਸੇ ਉਹ ਸ਼ਰਾਬ ਦੇ ਚਾਂਸੇ ਵਿੱਚ ਆਉਣਗੇ ਨਾ ਕਿਸੇ ਦੇ ਨੋਟਾਂ ਦੇ ਚਾਂਸੇ ਵਿੱਚ ਆਉਣਗੇ ਪਰ ਇੱਕ ਇੱਕ ਛੋੜੀ ਜੀ ਕੋਸ਼ਿਸ਼ ਹੈਗੀ ਆ ਕੈਪਟਨ ਸਰਕਾਰ ਦੀ ਕਿ ਇਹ 6 ਮਹੀਨੇ ਪਿਛੇ ਰਹਿ ਗਏ ਨੇ ਇਹ 100 ਦਾ 100% ਹੀ ਜੋ ਮਾਫੀਆ ਦੀ ਆਮਦਨ ਹੈਗੀ ਆ ਮੇਰੇ ਘਰ ਵਿੱਚ ਜਾਵੇ ਸੁਖਬੀਰ ਬਾਦਲ ਲੋਕਾਂ ਨੂੰ ਸਸਤੀ ਰੇਤਾ ਦੇਣ ਨਹੀਂ ਇੱਥੇ ਆਏ ਜਿਹੜੀ ਤੁਸੀਂ ਐਫਆਈਆਰ ਦੀ ਗੱਲ ਕੀਤੀ ਹੈ ਉਹ ਵੀ ਗੱਲ ਕਰਾਂਗਾ ਸਖਬੀਰ ਬਾਦਲ ਇੱਥੇ ਸਸਤੀ ਰੇਤਾ ਦੇਣ ਨਹੀਂ ਆਏ ਉਹ ਆਪਣਾ 40% ਜਿਹੜਾ 10-15 ਦਿਨ ਤੋਂ ਕੈਪਟਨ ਸਰਕਾਰ ਨੇ ਬੰਦ ਕੀਤਾ ਵਾ ਉਹਨੂੰ ਰਿਵਿਊ ਕਰਾਉਣ ਆਏ ਨੇ ਕਿ 40% ਸਾਡਾ ਬਰਕਰਾਰ ਰੱਖਿਆ ਜਾਵੇ ਜਿਹੜੀ ਤੁਸੀਂ ਐਫਆਈਆਰ ਦੀ ਗੱਲ ਕੀਤੀ ਆ ਉਹ ਐਫਆਈਆਰ ਨਹੀਂ ਕੀਤੀ ਗਈ ਉਹ ਇੱਕ ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਪਾਉਣ ਦੀ ਕੈਪਟਨ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਗਈ ਆ ਕਿ ਜੋ ਇੱਕ ਮਿਥ ਬਣ ਚੁੱਕੀ ਹੈ ਪੰਜਾਬ ਦੇ ਵਿੱਚ 2017 ਤੋਂ ਬਾਅਦਾਂ ਬੱਚਾ-ਬੱਚਾ ਜਾਣ ਚੁੱਕਾ ਕਿ ਕੈਪਟਨ ਪਰਿਵਾਰ ਅਤੇ ਬਾਦਲ ਪਰਿਵਾਰ ਰਲੇ ਹੋਏ ਨੇ ਚਾਹੇ ਕੋਈ ਵੀ ਕਾਂਡ ਲੈ ਲੋ ਚਾਹੇ ਡਰੱਗ ਮਾਫੀਆ ਲੈ ਲੋ ਚਾਹੇ ਬੇਅਦਬੀ ਮਾਮਲਾ ਲੈ ਲੋ ਕਿਸੇ ਵੀ ਮਾਮਲੇ ਦੇ ਉੱਪਰ ਕੈਪਟਨ ਸਰਕਾਰ ਨੇ ਆਪਣਾ ਸਪੈਂਡ ਸਟੈਂਡ ਸਪਸ਼ਟ ਕਰਕੇ ਤੇ ਕਾਰਵਾਈ ਨਹੀਂ ਕਰਾਈ ਉਹ ਬੱਚੇ-ਬੱਚੇ ਦੇ ਘਰ ਦਿਲ ਵਿੱਚ ਗੱਲ ਘਰ-ਘਰ ਚੁੱਕੀ ਆ ਕਿ ਇਹ ਦੋਨੋਂ ਪਰਿਵਾਰ ਰਲੇ ਹੋਏ ਨੇ ਇੱਕ ਮਿਥ ਤੋੜਨ ਵਾਸਤੇ ਉਹ ਇੱਕ ਉਹ ਜਿਹੜੀ ਪਰਸੈਪਸ਼ਨ ਇਹਨਾਂ ਦੀ ਤੋੜਨ ਵਾਸਤੇ ਕੈਪਟਨ ਸਰਕਾਰ ਨੇ ਸੁਖਬੀਰ ਬਾਦਲ ਤੇ ਇੱਕ ਨਿਗੁਣਾ ਜਿਹਾ ਪਰਚਾ ਦਰਜ ਕੀਤਾ ਜਿਹੜਾ ਲੋਕ ਸਭਾ ਪਾਰਟੀ ਦੇ ਪਰਚਾ ਦਰਜ ਕੀਤਾ ਸੀਗਾ ਉਹ ਵੀ ਐਫਆਈਆਰ ਦੀ ਕਾਪੀ ਮੇਰੇ ਕੋਲ ਆ ਉਸ ਵੇਲੇ ਦੀ ਫੋਟੋ ਸਿਮਰਜੀਤ ਸਿੰਘ ਬੈਂਸ ਨੂੰ ਦਰਿਆ ਦੇ ਕੰਢੇ ਤੋਂ ਪੁਸਤਕ ਉਤਾਰ ਕਰ ਰਹੀ ਆ ਤੇ ਰਾਤੋਂ ਰਾਤ ਦਿਨੇ ਲਾਈਆਂ ਜਾਂਦੀਆਂ ਧਾਰਾਵਾਂ 6 ਤੇ ਰਾਤੋਂ ਰਾਤ 7ਵੀਂ ਧਾਰਾ ਇੱਕ ਨਾਲ 307 ਗ੍ਰਹਿ ਮੰਤਰੀ ਜੋ ਉਸ ਵੇਲੇ ਸੁਖਬੀਰ ਬਾਦਲ ਸਨ ਉਹਨਾਂ ਦੇ ਕਹੇ ਤੇ ਲਾ ਦਿੱਤੀ ਜਾਂਦੀ ਆ ਜਿਹੜੇ ਪਰਚੇ ਦੀ ਤੁਸੀਂ ਹੁਣ ਗੱਲ ਕਰ ਰਹੇ ਜਿਹੜਾ 1 ਤਰੀਕ ਨੂੰ ਬਿਆਸ ਸਾਣੇ ਵਿੱਚ ਦਰਜ ਕੀਤਾ ਉਹ ਆ ਪਰਚਾ ਇਸ ਪਰਚੇ ਵਿੱਚ ਸਾਰੀਆਂ ਹੀ ਧਾਰਾਵਾਂ ਜਿਹੜੀਆਂ ਅਵੇਲੇਬਲ ਨੇ ਸਾਰੀਆਂ ਧਾਰਾਵਾਂ ਅਵੇਲੇਬਲ ਲਾ ਕੇ ਲੋਕਾਂ ਨੂੰ ਇੱਕ ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਪਾ ਕੇ ਕਿ ਮੈਂ ਸੁਖਬੀਰ ਬਾਦਲ ਦਾ ਵਿਰੋਧੀ ਹਾਂ ਤੇ ਸੁਖਬੀਰ ਬਾਦਲ ਮੇਰੇ ਵਿਰੋਧੀ ਨੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਆ ਤੇ ਸੁਖਬੀਰ ਬਾਦਲ ਨੇ ਤੇ ਸਮੁੱਚੇ ਅਕਾਲੀ ਦਲ ਨੂੰ ਇੱਕ ਲੋਕਾਂ ਦੀ ਝੂਠੀ ਹਮਦਰਦੀ ਦਿਵਾਉਣ ਦੀ ਕੋਸ਼ਿਸ਼ ਕੀਤੀ ਆ ਕਿ ਜੋ ਅਕਾਲੀ ਦਲ ਦਾ ਪੁਰਾਣਾ ਇਤਿਹਾਸ ਰਿਹਾ 100 ਸਾਲ ਪੁਰਾਣਾ ਅਕਾਲੀ ਦਲ ਲੋਕਾਂ ਦੀ ਲੜਾਈ ਲੜਦਾ ਰਿਹਾ ਜੋ ਅਸਲੀ ਅਕਾਲੀ ਦਲ ਸੀ ਇਸ ਵੇਲੇ ਬਾਦਲ ਪਰਿਵਾਰ ਕਾਰਪੋਰੇਟ ਅਕਾਲੀ ਦਲ ਹੈਗਾ ਉਹ ਅਸਲੀ ਅਕਾਲੀ ਦਲ ਦੀ ਇੱਕ ਦੁਬਾਰਾ ਇਹਨਾਂ ਨੇ ਇਤਿਹਾਸ ਬਣਾਉਣ ਦੀ ਕੋਸ਼ਿਸ਼ ਕੀਤੀ ਆ ਕਿ ਜੇਕਰ ਉੱਤਰ ਕਾਟੋ ਮੈਂਚੜਾਂ ਵਾਲੀ ਸਥਿਤੀ ਕਿ ਜੇਕਰ ਮੈਂ ਅੱਗੇ ਨਾ ਆਵਾਂ ਤੇ ਸੁਖਬੀਰ ਬਾਦਲ ਹਣੀ ਲੋਕਾਂ ਨੂੰ ਮੂਰਖ ਬਣਾ ਕੇ ਰਲ ਮਿਲ ਕੇ ਆਪਣੇ ਇੱਕ ਦੂਜੇ ਦੇ mafia ਵਾ ਜੇ ਅੱਜ ਮੈਨੂੰ 60 ਜਾ ਰਿਹਾ ਵਾ ਤੇ ਸੁਖਬੀਰ ਕਿਤੇ ਸੱਤਾ ਜਾ ਰਹੀ ਤੇ ਮੇਰੇ ਘਰ 40 ਜਾਂਦਾ ਰਹੇ ਉਸ ਵਾਸਤੇ ਲੋਕਾਂ ਦੇ ਅੱਖੀਂ ਘਟਾ ਪਾ ਕੇ ਇਹਦੀ ਸਾਰੀ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਪੰਜਾਬ ਦੇ ਲੋਕ ਤੁਹਾਡੇ ਚੈਨਲਾਂ ਰਹੀਂ ਸਾਰਾ ਇਹਨਾਂ ਦਾ ਜਿਹੜਾ ਵਾ ਜਾਣ ਚੁੱਕੇ ਨੇ ਇਹਨਾਂ ਦਾ ਪਰਦਾ ਫਾਸ਼ ਹੋ ਚੁੱਕਾ ਵਾ ਇੰਨਾ ਸੌਫਟ ਕੋਰਨਰ ਰੱਖਿਆ ਜਾਂਦਾ ਕਿ ਜਿਹੜਾ ਅਵੇਲੇਬਲ ਥਾਣੇ ਦੇ ਵਿੱਚ ਇੱਕ ਜਿਹੜੀਆਂ ਸਾਰੀਆਂ ਜਮਾਨਤਾਂ ਇਹਨਾਂ ਦੀਆਂ ਹੋ ਜਾਣੀਆਂ ਵਾ ਤੇ ਦੂਜੇ ਬਨੇ 3507 ਲਾਈ ਜਾਂਦੀ ਆ ਜਿਹੜੇ ਅਸਲ ਰੂਪ ਵਿੱਚ ਇਹਨਾਂ ਦੇ ਦੁਸ਼ਮਣ ਨੇ ਸੋ ਇਹ ਸਾਰਾ ਸੋਚੀ ਸਮਝੀ ਸਾਜ਼ਿਸ਼ ਤਹਿਤ ਰੇਤਾ ਦੀ ਸਪਲਾਈ ਰੋਕ ਕੇ ਰੇਟ ਹੋਰ ਵਧਾਉਣ ਦੇ ਖਾਤਰ ਤੁਹਾਨੂੰ ਯਾਦ ਹੋਏਗਾ 2017-18 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਬਣਦਿਆਂ ਹੀ ਇੱਕ ਹਵਾਈ ਰੇਡ ਕੀਤੀ ਸੀ ਸਤਰੋਜ ਵਿਆਸ ਦੇ ਉੱਤੇ ਹਵਾਈ ਰੇਡ ਕਰਕੇ ਪ੍ਰੈਸ ਨੂੰ ਬਿਆਨ ਦਿੱਤਾ ਸੀ ਕਿ ਇੱਥੇ ਮਾਈਨਿੰਗ ਹੋ ਰਹੀ ਆ ਕਿ ਜਿਹੜੀ ਅਫਸਰਸਾਈ ਸੀ ਪੰਜਾਬ ਦੇ ਜਿੰਨੇ ਵੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੇ ਐਸਐਸਬੀ ਨੇ ਜਮ ਮਾਈਨਿੰਗ ਅਫਸਰ ਨੇ ਉਹਨਾਂ ਨੇ ਕਦੇ ਨਹੀਂ ਸੀ ਇਹਨਾਂ ਨੂੰ ਮਾਈਨਿੰਗ ਬਾਰੇ ਦੱਸਿਆ ਉਹ ਵੀ ਰੇਤਾ ਦੀ ਸਪਲਾਈ ਤੋੜ ਕੇ ਰੇਟ ਵਧਾਉਣ ਵਾਸਤੇ ਕੀਤੀ ਗਈ ਸੀ ਜਿਹੜਾ ਟਿੱਪਰ 15000 ਦਾ ਮਿਲਦਾ ਸੀ ਕੈਪਟਨ ਦੀ ਹਵਾਈ ਰੇਟ ਤੋਂ ਬਾਅਦ ਉਹ 30000 ਦਾ ਮਿਲਣ ਲੱਗ ਪਿਆ ਸੀ ਇਹ ਵੀ ਜਿਹੜੇ ਰੇਡ ਕੀਤੇ ਜਾ ਰਹੇ ਨੇ ਚਾਹੇ ਕੱਲ ਪਰਸੋਂ ਕੀਤੇ ਜਾ ਰਹੇ ਨੇ ਚਲ ਅੱਜ ਅੱਜ ਸਾਨੂੰ ਪਤਾ ਲੱਗਾ ਵਾ ਕਿ ਮਕੇਰੀਆਂ ਲਾਗੇ ਰੇਡ ਕੀਤਾ ਗਿਆ ਸੁਖਬੀਰ ਬਦਲ ਵਾਲੋਂ ਇਹ ਸਪਲਾਈ ਤੋੜ ਕੇ ਰੇਟ ਵਧਾਉਣ ਵਾਸਤੇ ਇੱਕ ਮਾਫੀਆ ਦੇ ਕਾਰੋਬਾਰ ਦੀ ਟਰਨਓਵਰ ਟਰਨਓਵਰ ਉਦੋਂ ਵਧੇਗੀ ਜਦੋਂ ਸਪਲਾਈ ਟੁੱਟੇਗੀ ਡਿਮਾਂਡ ਵਧੇਗੀ ਤੇ ਭਾਅ ਹੋਰ ਵਧਣਗੇ ਇਹ ਸਭ ਕੁਝ ਕਰਨ ਵਾਸਤੇ ਸੁਖਬੀਰ ਬਾਦਲ ਦੇ ਪਰਿਵਾਰ ਤੇ ਕੈਪਟਨ ਪਰਿਵਾਰ ਵੱਲੋਂ ਗਿਣ ਮਿੱਥ ਕੇ ਸਾਰਾ ਕੁਝ ਪੰਜਾਬੀਆਂ ਨੂੰ ਲੁੱਟਣ ਵਾਸਤੇ ਕੀਤਾ ਜਾ ਰਿਹਾ ਸਰ ਤੁਸੀਂ ਗੱਲ 60 40 ਦੀ ਰੇਸ਼ਿਓ ਦੀ ਗੱਲ ਕਰ ਰਹੇ ਹੋ ਕਿ 60 ਇੱਕ ਨੂੰ ਆਉਂਦਾ ਹੈ 40 ਦੂਜੀ ਪਾਰਟੀ ਨੂੰ ਜਾਂਦਾ ਹੈ ਪਰ ਇਸ ਐਫ ਆਈ ਆਰ ਤੋਂ ਬਾਅਦ ਅੱਜ ਫੇਰ ਜਿਵੇਂ ਅਸੀਂ ਤੁਸੀਂ ਹੁਣੇ ਗੱਲ ਕਰਕੇ ਹਟਿਓ ਸੁਖਬੀਰ ਸਿੰਘ ਬਾਦਲ ਨੇ ਹੁਣ ਹੁਸ਼ਿਆਰਪੁਰ ਮੁਕੇਰੀਆਂ ਵਾਲੇ ਪਾਸੇ ਵੱਲ ਰੇਡ ਕੀਤੀ ਹੋਈ ਹੈ ਉੱਥੇ ਇਲੀਗਲ ਮਾਈਨਿੰਗ ਹੋ ਰਹੀ ਹੈ ਉੱਥੇ ਅਫਸਰਾਂ ਕੋਲ ਪੁੱਛਿਆ ਜਾ ਰਿਹਾ ਉਹਨਾਂ ਕੋਲ ਜਾਂਚਿਆ ਜਾ ਰਿਹਾ ਕੀ ਇਹ ਵੀ ਉਸੇ ਚੀਜ਼ ਦਾ ਨਤੀਜਾ ਹੈ ਐਫ ਆਈ ਆਰ ਦੀ ਉਹ ਕਹਿੰਦੇ ਮੈਨੂੰ ਕੋਈ ਪਰਵਾਹ ਨਹੀਂ ਹੈ ਐਫ ਆਈ ਆਰ ਦੀ ਪਰਵਾਹ ਕਿਉਂ ਹੋਏਗੀ ਕਿ ਕਿਸੇ ਨੂੰ ਪਿੰਡ ਦੇ ਵਿੱਚ 307 307 ਕਹਿ ਰਹੇ ਸੌਰੀ 7 ਕਿਵੇਂ ਜਾ ਕੇ ਸਿੱਧੀ ਹੋ ਜੇ ਉਹ ਮਾੜੇ ਤੋਂ ਮਾੜਾ ਬੰਦਾ ਵੀ ਨਹੀਂ ਡਰਦਾ ਉਸ ਤੋਂ ਕਿ ਮੇਰੀ ਐਸ ਡੀ ਐਮ ਦੇ ਜਾ ਕੇ ਮੇਰੀ ਜ਼ਮਾਨਤ ਹੋਣੀ ਹੈ ਮੇਰੀਆਂ ਚਾਰ ਤਰੀਕਾਂ ਪੈਣੀਆਂ ਜਦੋਂ ਅਵੇਲੇਬਲ ਹੀ ਸਾਰੀਆਂ ਆਫੈਂਸ ਹੈਗੀਆਂ ਵਾ ਤੇ ਫਿਰ ਪਰਵਾਹ ਕਰਦੀ ਆ ਹਾਂ ਉਸੇ ਅਫਸਰਾਂ ਨੂੰ ਸੱਦ ਕੇ ਜੋ 2015 ਚ ਸਿਮਰਜੀਤ ਸਿੰਘ ਬੈਂਸ ਤੇ ਸਾਥੀਆਂ ਤੇ 307 ਲਵਾਈ ਸੀ ਉਹ 307 ਆਪਣੇ ਤੇ ਲੱਗੀ ਹੁੰਦੀ ਕੈਪਟਨ ਸਰਕਾਰ ਵਾਕਈ ਜੇ ਇਹਦੀ ਵਿਰੋਧੀ ਹੁੰਦੀ 307 ਲਾਈ ਹੁੰਦੀ ਤੇ ਅੱਜ ਇਹਨੂੰ ਪਤਾ ਲੱਲ ਚਲਦਾ ਕਿ ਐਫਆਈਆਰ ਕੀ ਹੁੰਦੀ ਆ ਇਹ ਤੇ ਉਦਾਂ ਹੀ ਕਿੱਧਰ ਘਰੇ ਬੈਠੇ ਹੀ ਜਿਹੜੇ ਆ ਭਵਗਾਂ ਮਾਰੀ ਜਾਂਦੇ ਨੇ ਕਿ ਸਾਡੇ ਤੇ ਐਫਆਈਆਰ ਤੇ ਹੋ ਗਈ ਆ ਸਾਨੂੰ ਗ੍ਰਿਫਤਾਰ ਕਰਕੇ ਵਿਖਾਉਣ ਗ੍ਰਿਫਤਾਰ ਕਰਨ ਕਿਹੜੇ ਆਧਾਰ ਤੇ ਇੱਕ ਆ ਜਿਹੜੀ ਆ ਇੱਕ ਨਗੁਣੀ ਐਫਆਈਆਰ ਦੇ ਸਿਰ ਤੇ ਗ੍ਰਿਫਤਾਰ ਕਰਨ ਤੁਹਾਨੂੰ ਕੈਪਟਨ ਤੇ ਸੁਖਬੀਰ ਬਾਲਦੀ ਦੀ ਸੋਚੀ ਸਮਝੀ ਸਾਜ਼ਿਸ਼ ਆ ਮੈਂ ਪਹਿਲਾਂ ਵੀ ਬਿਆਨ ਕਰ ਚੁੱਕਾ ਕਿ ਜਿਹੜੀ ਆਜਮਕੇਰੀਆਂ ਦੇ ਵਿੱਚ ਜਾਂ ਜਿੱਥੇ ਵੀ ਰੇਡ ਕੀਤੀ ਜਾ ਰਹੀ ਆ ਉਹ ਲੋਕਾਂ ਨੂੰ ਰੇਟਾਂ ਸ ਮਾਫੀਆ ਦਾ ਟਰਨਓਵਰ ਵਧਾਉਣ ਵਾਸਤੇ ਸਪਲਾਈ ਤੋੜ ਕੇ ਤੇ ਤਰੇਤਾ ਦੇ ਰੇਟ ਤਿੰਨ ਗੁਣਾ ਕਰਨ ਵਾਸਤੇ ਕੀਤੀ ਜਾ ਰਹੀ ਆ ਤੇ ਜਾਂ ਜੋ 40% ਸ਼ੇਅਰ ਜੋ ਕੈਪਟਨ ਸਰਕਾਰ ਨੇ ਆਪਣੇ ਖਰਚੇ ਵਧਨ ਕਰਕੇ ਆਉਣ ਵਾਲੀ ਇਲੈਕਸ਼ਨ ਨੂੰ ਮੁੱਖ ਰੱਖਦੇ ਆ ਇਹਨਾਂ ਦੇ ਬੰਦ ਕਰਤੇ ਆ ਆਪਣੇ ਘਰਖਾਨੇ ਸ਼ੁਰੂ ਕਰਤੇ ਆ ਉਹ 40% ਦੁਬਾਰਾ ਵਾਪਸ ਲੈਣ ਵਾਸਤੇ ਇਹ ਸਾਰੇ ਡਰਾਮੇ ਤੇ ਪਖੰਡ ਕੀਤੇ ਜਾ ਰਹੇ ਆ 2015 ਦੇ ਵਿੱਚ ਲੋਕ ਇਨਸਾਫ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਉਹਦੇ ਉੱਤੇ ਇੱਕ ਐਫ ਆਈ ਆਰ ਦਰਜ ਕਰਤੀ ਅੱਜ 2021 ਹੈ ਸੁਖਵੀਰ ਸਿੰਘ ਬਾਦਲ ਦੇ ਉੱਤੇ ਸੇਮ ਐਫ ਆਈ ਆਰ ਦਰਜ ਹੋ ਗਈ ਧਰਾਵਾਂ ਦੇ ਵਿੱਚ ਧਰਾਵਾਂ ਦੇ ਵਿੱਚ ਫਰਕ ਹੈਗਾ ਫਿਰ ਐਫ ਆਈ ਆਰ ਤਾਂ ਸੇਮ ਹੀ ਹੋ ਗਈ ਧਰਾਵਾਂ ਦੇ ਵਿੱਚ ਫਰਕ ਹੈ ਨਹੀਂ ਐਫ ਆਈ ਆਰ ਹੋਈ ਧਰਾਵਾਂ ਕਿਸੇ ਦੇ ਵਿੱਚ ਵੀ ਫਰਕ ਨਹੀਂ ਕਿਸੇ ਦੇ ਵਿੱਚ ਵੀ ਸੇਮ ਨਹੀਂ ਹੈਗਾ ਸੇਮ ਨਹੀਂ ਹੈਗਾ ਅਵੇਲੇਬਲ ਔਰ ਨਾਨ ਅਵੇਲੇਬਲ ਧਰਾਵਾਂ ਸਨ ਜੇ ਅੱਜ ਇਸ ਤੋਂ ਬਾਅਦ ਹੁਣ ਇਸ ਤੋਂ ਬਾਅਦ ਜੇ ਸਰਕਾਰਾਂ ਹਜੇ ਵੀ ਨਹੀਂ ਜਾਗਦੀਆਂ ਹਜੇ ਵੀ ਕੋਈ ਠੋਸ ਕਦਮ ਨਹੀਂ ਚੁੱਕਿਆ ਜਾਂਦਾ ਕਿਾ ਲੋਕ ਇਨਸਾਫ ਪਾਰਟੀ ਸੜਕਾਂ ਤੇ ਆਏਗੀ ਲੋਕਾਂ ਸਾਫ ਪਾਰਟੀ ਸਭ ਤੋਂ ਪਹਿਲਾਂ ਜੋ ਸਾਈਟਾਂ ਨੇ ਮਾਈਨਿੰਗ ਦੀਆਂ ਚਾਹੇ ਗੈਰ ਕਾਨੂੰਨੀ ਨੇ ਚਾਹੇ ਕਾਨੂੰਨੀ ਨੇ ਉੱਥੇ ਜਾ ਕੇ ਅਫਸਰਾਂ ਤੋਂ ਸਾਰੀ ਪੜਤਾਲ ਕਰਕੇ ਕਿ ਕਿਹੜੀ ਗੈਰ ਕਾਨੂੰਨੀ ਤੇ ਕਿਹੜੀ ਕਾਨੂੰਨੀ ਹੈ ਜਿਹੜੀ ਗੈਰ ਕਾਨੂੰਨੀ ਸਾਈਟਾਂ ਹੋਣਗੀਆਂ ਖੱਡਾਂ ਹੋਣਗੀਆਂ ਉੱਥੇ ਲੋਕਾਂ ਸਾਫ ਪਾਰਟੀ ਵਿਆਸ ਤੋਂ ਸ਼ੁਰੂ ਕਰਾਂਗੇ ਵਿਆਸ ਵਿਖੇ ਜਾ ਕੇ ਸੁਖਬੀਰ ਬਾਦਲ ਐਂਡ ਕੈਪਟਨ ਮੁੱਖ ਮੰਤਰੀ ਪੰਜਾਬ ਦੋਨਾਂ ਦਾ ਪੁਤਲਾ ਫੂਕਾਂਗੇ ਉਸ ਤੋਂ ਬਾਅਦ ਇਹ ਹੈਗੀ ਮੇਰੇ ਹਲਕੇ ਦੀ ਗੱਲ ਮੈਂ ਦਿਹਾਤੀ ਪ੍ਰਧਾਨ ਅੰਮ੍ਰਿਤਸਰ ਹੋਣ ਕਰਕੇ ਮੇਰੇ ਜ਼ਿਲ੍ਹੇ ਦੀ ਗੱਲ ਉਸ ਤੋਂ ਬਾਅਦ ਪਾਰਟੀ ਪ੍ਰਧਾਨ ਸੁਮਰਜੀਤ ਸਿੰਘ ਬੈਂਸ ਕੋਰ ਕਮੇਟੀ ਮੈਂਬਰਾਂ ਸਾਹਿਬਾਨ ਸਾਰੇ ਜ਼ਿਲ੍ਹਾ ਪ੍ਰਧਾਨ ਸਾਹਿਬਾਨ ਆ ਰਹਿ ਕਰਕੇ ਜਿੱਥੇ-ਜਿੱਥੇ ਵੀ ਗੈਰ ਕਾਨੂੰਨੀ ਮੈਨਿਕ ਪੰਜਾਬ ਦੇ ਵਿੱਚ ਹੁੰਦੀ ਆ ਉੱਥੇ-ਉੱਥੇ ਜਾ ਕੇ ਇਹਨਾਂ ਦੋਨਾਂ ਪਰਿਵਾਰਾਂ ਦੇ ਲੀਡਰਾਂ ਦੇ ਜਿਹੜੇ ਕਿ ਪੰਜਾਬ ਨੂੰ ਲੁੱਟ ਪੁੱਟ ਤੇ ਕੁੱਟ ਰਹੇ ਨੇ ਇਹਨਾਂ ਦੇ ਪੁਤਲੇ ਫੂਕਾਂਗੇ ਤੇ ਜੇਕਰ ਕਾਨੂੰਨੀ ਲੜਾਈ ਲੜਨੀ ਪਈ ਤੇ ਉਹ ਵੀ ਲੜਾਂਗੇ ਠੀਕ ਹੈ ਸ਼ੁਕਰੀਆ ਜੀ ਸੋ ਇਸਨ ਚਰਨਜੀਤ ਸਿੰਘ ਜੀ ਪਿੰਡਰ ਜਿਹੜੇ ਕਿ ਆਮ ਲੋਕ ਇਨਸਾਫ ਪਾਰਟੀ ਦੇ ਕਨਵੀਨਰ ਨੇ ਉਹਨਾਂ ਵੱਲੋਂ ਇਹ ਦੱਸਿਆ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਬਿਆਸ ਰੇਡ ਹੋਈ ਹੈ ਉਹਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਜਿਹੜੀ ਐਫਆਈਆਰ ਦਰਜ ਕੀਤੀ ਗਈ ਹੈ ਉਹ ਨਾਮਾਤਰ ਐਫਆਈਆਰ ਹੈ ਉਹਦੇ ਵਿੱਚ ਜਿਹੜੇ ਫੈਂਸ ਲਗਾਏ ਗਏ ਨੇ ਉਹ ਸਾਰੇ ਅਵੇਲੇਬਲ ਨੇ ਇਸ ਕਰਕੇ ਸੁਖਬੀਰ ਸਿੰਘ ਬਾਦਲ ਜਿਹੜਾ ਅੱਜ ਮੁਕੇਰੀਆਂ ਹਲਕੇ ਦੇ ਵਿੱਚ ਵੀ ਰੇਡ ਕਰਕੇ ਇਲੈਗਲ ਮਾਈਨਿੰਗ ਦੀ ਗੱਲ ਕਰ ਰਹੇ ਨੇ ਉਹ ਇੱਕ ਦਿਖਾਵਾ ਹੈ ਉਹ ਇਹਨਾਂ ਦੀ ਸ੍ਰੋਮਣੀ ਅਕਾਲੀ ਦਲ ਔਰ ਪੰਜਾਬ ਸਰਕਾਰ ਦਾ ਮਿਲੀਭੁਗਤ ਹੈ 60 40 ਦਾ ਰੇਸ਼ੋ ਜਿਹੜਾ ਚੱਲਦਾ ਆ ਰਿਹਾ ਉਹ ਚੱਲਦਾ ਪਿਆ ਹੈ ਜਦ ਕਿ ਲੋਕ ਇਨਸਾਫ ਪਾਰਟੀ ਦੇ ਖਿਲਾਫ 2015 ਦੇ ਵਿੱਚ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਹੈ ਉਸ ਦੇ ਵਿੱਚ ਜਿਹੜੀਆਂ ਧਲਾਵਾਂ ਨੇ ਉਹ ਨੋਨ ਅਵੇਲੇਬਲ ਸਨ ਕੈਪਟਨ ਪਰਸਨ ਵਿਪੰਦੇ ਨਾਲ ਜੋਤੀ ਬਹਿਲ ਦੇਰਿੰਗ ਸਵੇਰਾ ਟੀਵੀ ਹਮਿੰਦਸਰ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੋਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹਾ ਪਿਆਰ ਪਾਓ ਕੀ ਤੁਹਾਡੀ ਕਿਸਮਤ ਚ ਲੋਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਨੋ ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ 11 ਕੈਂਟੇਜ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜਾ ਕਹੜੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ